ਅੱਜ ਕੀ ਸੁਨੇਹਾ ਦੇਣਾ ਚਾਹੁੰਦੇ ਸੀ ਮੱਝ ਅੱਗੇ ਪੀਰ ਵਜਾ ਕੇ? ਸਰ ਅਸੀਂ ਨਾ ਇੱਕ ਆਪਣੀ ਕਹਾਵਤ ਹੈ ਪੰਜਾਬੀ ਦੀ ਜਿਹੜੀ ਸਾਰਿਆਂ ਨੇ ਸੁਣੀ ਹੈ ਕਿ ਮੱਝ ਅੱਗੇ ਵੀਨ ਵਜਾਉਣਾ, ਅਤੇ ਅੱਜ ਜਿਹੜੀ ਸਰਕਾਰ ਕੇਂਦਰ ਦੀ ਸਰਕਾਰ ਆ ਉਹਦਾ ਹਾਲ ਉਹ ਹੋ ਚੁੱਕਿਆ ਵਾ। ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਇਕੱਲੇ ਪੰਜਾਬ ਦੇ ਨਹੀਂ, ਯੂਪੀ ਬਿਹਾਰ ਹਰਿਆਣਾ ਹਿਮਾਚਲ ਦੇ ਕਿਸਾਨ ਅਗਰ ਦਿੱਲੀਆਂ ਦੇ ਬਾਰਡਰਾਂ ਦੇ ਉੱਤੇ ਖਲੋਤੇ ਆ ਸਰਦੀਆਂ ਦੇ ਵਿੱਚ, ਧੱਕੇ ਖਾ ਰਹੇ ਨੇ ਉਹਨਾਂ ਦੇ ਛੋਟੇ ਛੋਟੇ ਬੱਚੇ ਨਾਲ, ਅਤੇ ਸਰਕਾਰ ਅਗਰ ਉਹਨਾਂ ਦੀ ਸੁਣਵਾਈ ਨਾ ਕਰੇ ਤਾਂ ਆਹ ਕਹਾਵਤ ਸੱਚ ਹੁੰਦੀ ਹੈ ਕਿ ਮੱਝ ਅੱਗੇ ਬੀਨ ਵਜਾ ਰਹੇ ਆ। ਅਤੇ ਅਸੀਂ ਅੱਜ ਆ ਮੱਝ ਅੱਗੇ ਬੀਨ ਵਜਾ ਕੇ ਇੱਕ ਮੈਸੇਜ ਦਿੱਤਾ ਵਾ ਅੰਮ੍ਰਿਤਸਰ ਦੇ ਯੁਵਾ ਸਾਰੇ ਨੌਜਵਾਨਾਂ ਵੱਲੋਂ ਕੇਂਦਰ ਦੀ ਸਰਕਾਰ ਨੂੰ ਕਿ ਜਦ ਤੱਕ ਤੁਸੀਂ ਕਾਨੂੰਨ ਵਾਪਸ ਨਹੀਂ ਕਰੋਗੇ। ਇੱਕ ਚੀਜ਼ ਹੋਰ ਹੈ, ਇਹ ਉੜਦਾ ਪੰਜਾਬ ਨਹੀਂ ਗਾ, ਹੁਣ ਇਹ ਇੱਕ ਜਾਗਦਾ ਅਤੇ ਜਿੰਦਾ ਪੰਜਾਬ ਹੈ। ਜੇ ਕਿਸਾਨਾਂ ਦੇ ਕਾਲੇ ਕਾਨੂੰਨ ਮੋਦੀ ਸਰਕਾਰ ਵਾਪਸ ਨਹੀਂ ਲਏਗੀ ਤਾਂ ਇਸ ਤਰ੍ਹਾਂ ਦੇ ਜਿਹੜੇ ਆ ਪ੍ਰੋਟੈਸਟ ਆ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਣਗੇ, ਔਰ ਹੁਣ ਪੰਜਾਬੀਆਂ ਨਾਲ ਪੰਗਾ ਪੈ ਗਿਆ, ਪੰਜਾਬੀ ਦਾ ਵਕਤ ਪਾ ਦੇਣਗੇ ਮੋਦੀ ਸਰਕਾਰ ਨੂੰ। ਮੋਦੀ ਸਰਕਾਰ ਕਾਲੇ ਕਾਨੂੰਨ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ।